ਜਿਹੜੀ ਡੈਂਸ ਫੋਗ ਚੱਲ ਰਹੀ ਹੈ ਤਾਂ ਉਹਦੇ ਨਾਲ ਵਿਜ਼ੀਬਿਲਿਟੀ ਵੀ ਘੱਟ ਜਾਂਦੀ ਹੈ ਔਰ ਸੂਰਜੀ ਘੰਟੇ ਵੀ ਬਹੁਤ ਘੱਟ ਜਾਂਦੇ ਨੇ ਕਿਉਂਕਿ ਹੁਣ ਜਿਹੜਾ ਧੁੰਦ ਵਾਲਾ ਮੌਸਮ ਚੱਲ ਰਿਹਾ ਬੇਸਿਕਲੀ ਕ੍ਰੋਪਸ ਨੂੰ ਇਹਦਾ ਕੋਈ ਨੁਕਸਾਨ ਨਹੀਂ ਹੁੰਦਾ ਕਿਉਂਕਿ ਫਸਲਾਂ ਨੂੰ ਥੋੜ੍ਹੀ ਬਹੁਤੀ ਮੋਇਸਚਰ ਧੁੰਦ ਦੇ ਨਾਲ ਜ਼ਰੂਰ ਮਿਲ ਜਾਂਦੀ ਹੈ। ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾਕਟਰ ਪੀ ਕੇ ਕਿੰਗਰਾ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਭਰ ਵਿੱਚ ਤਾਪਮਾਨ ਦੇ ਡਿੱਗਣ ਦੇ ਚੱਲਦਿਆਂ ਠੰਡ ਦਾ ਪ੍ਰਕੋਪ ਦੇਖਣ ਨੂੰ ਮਿਲ ਰਿਹਾ ਹੈ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਉੱਤਰ ਭਾਰਤ ਦੇ ਵਿੱਚ ਕਈ ਜਗ੍ਹਾ 'ਤੇ ਸੰਘਣੀ ਧੁੰਦ ਵੀ ਦੇਖਣ ਨੂੰ ਮਿਲੀ ਹੈ। ਬੇਸ਼ੱਕ ਮੌਸਮ ਵਿਗਿਆਨੀ ਵੱਲੋਂ 25 ਅਤੇ 26 ਦਸੰਬਰ ਨੂੰ ਅਲਰਟ ਦੀ ਗੱਲ ਕਹੀ ਹੈ, ਪਰ ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ 2 ਤੋਂ 3 ਦਿਨਾਂ ਸੰਘਣੀ ਧੁੰਦ ਪੈ ਸਕਦੀ ਹੈ। ਇੱਥੇ ਵੀ ਦੱਸ ਦਈਏ ਕਿ ਧੁੰਦ ਪੈਣ ਦੇ ਨਾਲ ਜਿੱਥੇ ਸੜਕੀ ਆਵਾਜਾਈ 'ਤੇ ਇਸ ਦਾ ਅਸਰ ਪਵੇਗਾ ਤਾਂ ਉੱਥੇ ਹੀ ਉਹਨਾਂ ਲੋਕਾਂ ਨੂੰ ਇਸ ਬਾਬਤ ਧਿਆਨ ਰੱਖਣ ਦੀ ਵੀ ਅਪੀਲ ਕੀਤੀ ਹੈ। ਜੀ ਜੇ ਅਸੀਂ ਪ੍ਰੀਵੇਲਿੰਗ ਵੈਦਰ ਕੰਡੀਸ਼ਨਸ ਦੀ ਗੱਲ ਕਰੀਏ ਤਾਂ ਕੱਲ੍ਹ ਦਾ ਜੋ ਮੈਕਸੀਮਮ ਟੈਂਪਰੇਚਰ 19.8 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ, ਜਦੋਂ ਕਿ ਕੱਲ੍ਹ ਦਾ ਨੋਰਮਲ ਡੇ ਟਾਈਮ ਟੈਂਪਰੇਚਰ 18.5 ਡਿਗਰੀ ਸੈਂਟੀਗ੍ਰੇਡ ਸੀ ਔਰ ਇਸੀ ਤਰ੍ਹਾਂ ਅੱਜ ਦਾ ਜੋ ਮਿਨੀਮਮ ਟੈਂਪਰੇਚਰ ਹੈ 8.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ, ਜਦੋਂ ਕਿ ਅੱਜ ਦਾ ਨੋਰਮਲ ਜੋ ਮਿਨੀਮਮ ਟੈਂਪਰੇਚਰ 6.1 ਡਿਗਰੀ ਸੈਂਟੀਗ੍ਰੇਡ ਹੈ। ਸੋ ਜਿਹੜਾ ਡੇ ਟਾਈਮ ਟੈਂਪਰੇਚਰ ਲਗਭਗ 1 ਡਿਗਰੀ ਸੈਂਟੀਗ੍ਰੇਡ ਔਰ ਨਾਈਟ ਟਾਈਮ ਟੈਂਪਰੇਚਰ 2.5 ਡਿਗਰੀ ਸੈਂਟੀਗ੍ਰੇਡ ਜਿਹੜਾ ਨੋਰਮਲ ਤੋਂ ਉੱਪਰ ਚੱਲ ਰਿਹਾ ਹੈਗਾ ਔਰ ਇਹਦੇ ਤੋਂ ਇਲਾਵਾ ਕਿਉਂਕਿ ਅੱਜ ਕੱਲ੍ਹ ਫੋਗ ਕਾਫੀ ਹਿੱਸਿਆਂ ਦੇ ਵਿੱਚ ਹੋ ਰਹੀ ਹੈ ਔਰ ਆਉਣ ਵਾਲੇ ਜਿਹੜੇ 2-3 ਦਿਨ ਨੇ ਉਹਨਾਂ ਦੇ ਲਈ ਵੀ ਹਲੇ ਡੈਂਸ ਟੂ ਵੈਰੀ ਡੈਂਸ ਫੋਗ ਜਿਹੜੀ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਪ੍ਰਿਡਿਕਟਡ ਹੈ। ਸੋ ਸੰਘਣੀ ਧੁੰਦ ਕਾਫੀ ਹਿੱਸਿਆਂ ਦੇ ਵਿੱਚ ਹੋ ਸਕਦੀ ਹੈ ਔਰ ਇਹਦੇ ਵਾਸਤੇ IMD ਵੱਲੋਂ ਅੱਜ ਔਰ ਕੱਲ੍ਹ 2 ਦਿਨ ਔਰੇਂਜ ਅਲਰਟ ਵੀ ਜਾਰੀ ਕੀਤਾ ਗਿਆ ਔਰ ਇਹਦੇ ਤੋਂ ਬਾਅਦ 2 ਦਿਨ ਯੈਲੋ ਅਲਰਟ ਜਾਰੀ ਕੀਤਾ ਗਿਆ। ਮੈਮ, ਬਰਸਾਤ ਦਾ ਕੀ ਮੂਡ ਹੈ? ਆਉਣ ਵਾਲੇ 2-3 ਦਿਨ ਹਲੇ ਬਰਸਾਤ ਦੀ ਪ੍ਰਿਡਿਕਸ਼ਨ ਨਹੀਂ ਹੈ ਜੀ, ਸਿਰਫ ਸੰਘਣੀ ਧੁੰਦ ਦੀ ਪ੍ਰਿਡਿਕਸ਼ਨ ਹੈਗੇ ਜਿਹੜੀ ਕਿ ਸੰਘਣੀ ਤੋਂ ਜ਼ਿਆਦਾ ਸੰਘਣੀ ਵੀ ਆਉਣ ਵਾਲੇ ਜਿਹੜੇ 2 ਦਿਨ ਹੋ ਸਕਦੀ ਹੈ। ਸੂਰਜ ਦੇ ਚੜ੍ਹਨ ਦਾ ਸਮੇਂ ਦੇ ਵਿੱਚ ਵੀ ਕੁਝ ਫਰਕ ਹੋਊਗਾ? ਲੱਗਦਾ ਕਿ ਜਿਸ ਤਰ੍ਹਾਂ ਧੁੰਦ ਹੈ ਲੋਕਾਂ ਨੂੰ ਵੀ ਜਿਹੜੀ ਸਾਵਧਾਨੀ ਵਰਤਣੀ ਚਾਹੀਦੀ ਹੈ? ਬਿਲਕੁਲ ਜੀ, ਕਿਉਂਕਿ ਜਿਹੜੀ ਡੈਂਸ ਫੋਗ ਚੱਲ ਰਹੀ ਹੈ ਤਾਂ ਉਹਦੇ ਨਾਲ ਵਿਜ਼ੀਬਿਲਿਟੀ ਵੀ ਘੱਟ ਜਾਂਦੀ ਹੈ ਔਰ ਸੂਰਜੀ ਘੰਟੇ ਵੀ ਬਹੁਤ ਘੱਟ ਜਾਂਦੇ ਨੇ। ਸੋ ਸਾਰੇ ਲੋਕਾਂ ਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਕਿਉਂਕਿ ਸੰਘਣੀ ਧੁੰਦ ਦੀ ਆਉਣ ਵਾਲੇ 2-3 ਦਿਨ ਵੀ ਇਸੇ ਤਰ੍ਹਾਂ ਪ੍ਰਿਡਿਕਸ਼ਨ ਹੈਗੀ ਹੈ। ਸੋ ਜੇ ਕਿਸੇ ਦੇ ਕੋਈ ਟਰੈਵਲ ਪਲੈਨਸ ਨੇ, ਕੋਈ ਸਫ਼ਰ ਕਰਨਾ ਤਾਂ ਬਹੁਤ ਧਿਆਨ ਰੱਖਣਾ ਚਾਹੀਦਾ, ਬਹੁਤ ਜ਼ਰੂਰੀ ਹੈ ਤਾਂ ਹੀ ਜਾਣਾ ਚਾਹੀਦਾ, ਅਦਰਵਾਈਜ਼ ਅਵੋਇਡ ਕਰਨਾ ਚਾਹੀਦਾ। ਪਿਛਲੇ ਸਾਲਾਂ ਦੇ ਮੁਕਾਬਲੇ ਜਾਂ ਪਿਛਲੇ ਸਮੇਂ ਦੇ ਮੁਕਾਬਲੇ ਕਿੱਦਾਂ ਦਾ ਟੈਂਪਰੇਚਰ ਦਾ? ਜੇ ਅਸੀਂ ਪਿਛਲੇ ਸਾਲਾਂ ਦਾ ਟੈਂਪਰੇਚਰ ਦੇਖੀਏ ਜੀ, ਵੇਰੀਏਬਿਲਿਟੀ ਕਾਫੀ ਜ਼ਿਆਦਾ ਅੱਜ ਕੱਲ੍ਹ ਚੱਲ ਰਹੀ ਹੈਗੀ ਹੈ। ਜਿਵੇਂ ਕੱਲ੍ਹ ਦਾ ਡੇ ਟਾਈਮ ਟੈਂਪਰੇਚਰ 19.8 ਡਿਗਰੀ ਸੈਂਟੀਗ੍ਰੇਡ ਸੀ, ਬਟ 2022 ਦੇ ਵਿੱਚ 25 ਡਿਸੰਬਰ ਨੂੰ 10 ਡਿਗਰੀ ਸੈਂਟੀਗ੍ਰੇਡ ਸੀ ਡੇ ਟਾਈਮ ਟੈਂਪਰੇਚਰ, ਜਿਹੜਾ ਕਿ ਬਹੁਤ ਘੱਟ ਸੀ, ਜਦੋਂ ਕਿ 2021 ਦੇ ਵਿੱਚ 21.2 ਡਿਗਰੀ ਸੈਂਟੀਗ੍ਰੇਡ ਸੀ। ਸੋ ਇਹ ਵੇਰੀਏਬਿਲਿਟੀ ਹਰ ਸਾਲ ਅਸੀਂ ਟੈਂਪਰੇਚਰ ਦੇ ਵਿੱਚ ਕਾਫੀ ਦੇਖ ਰਹੇ ਹਾਂ। ਕਿਸਾਨ ਵੀਰਾਂ ਨੂੰ ਕੀ ਸਲਾਹ ਦੇਣਗੇ ਕਿ ਜਿਸ ਤਰ੍ਹਾਂ ਜਿਹੜਾ ਧੁੰਦ ਵਾਲਾ ਮੌਸਮ ਆ, ਕਿ ਪਾਣੀ ਘੱਟ ਲਗਾਉਣ ਜਾਂ ਕਿਉਂਕਿ ਹੁਣ ਜਿਹੜਾ ਧੁੰਦ ਵਾਲਾ ਮੌਸਮ ਚੱਲ ਰਿਹਾ ਬੇਸਿਕਲੀ ਕ੍ਰੋਪਸ ਨੂੰ ਇਹਦਾ ਕੋਈ ਨੁਕਸਾਨ ਨਹੀਂ ਹੁੰਦਾ ਕਿਉਂਕਿ ਫਸਲਾਂ ਨੂੰ ਥੋੜ੍ਹੀ ਬਹੁਤੀ ਮੋਇਸਚਰ ਧੁੰਦ ਦੇ ਨਾਲ ਜ਼ਰੂਰ ਮਿਲ ਜਾਂਦੀ ਹੈ, ਕਿਉਂਕਿ ਜਦੋਂ ਇਹਦੇ ਤੋਂ ਅੱਗੇ ਜਿਹੜੀਆਂ ਕੂਲਿੰਗ ਜ਼ਿਆਦਾ ਹੁੰਦੀ ਹੈ, ਟੈਂਪਰੇਚਰ 'ਚ ਗਿਰਾਵਟ ਆਉਂਦੀ ਹੈ, ਜਦੋਂ ਕੋਹਰਾ ਪੈਂਦਾ ਉਦੋਂ ਉਹਨਾਂ ਨੂੰ ਫਸਲਾਂ ਦਾ ਬਹੁਤ ਧਿਆਨ ਰੱਖਣ ਦੀ ਜ਼ਰੂਰਤ ਹੁੰਦੀ ਹੈ। ਬਟ ਹਲੇ ਧੁੰਦ ਦਾ ਕੋਈ ਨੈਗੇਟਿਵ ਇਫੈਕਟ ਫਸਲਾਂ 'ਤੇ ਨਹੀਂ ਹੈ, ਤਾਂ ਕਰਕੇ ਜਿਹੜੇ ਉਹਨਾਂ ਦੇ ਨੋਰਮਲ ਫਾਰਮ ਓਪਰੇਸ਼ਨਸ ਨੇ ਉਹ ਉਹਨਾਂ ਨੂੰ ਕੰਟੀਨਿਊ ਕਰ ਸਕਦੇ ਨੇ। ਮੈਮ, ਜਿਹੜਾ ਦੇਖਿਆ ਕਿ ਪਿਛਲੇ ਸਾਲ ਨਾਲੋਂ ਜੇ ਹੁਣ ਦੇ ਵਿੱਚ ਜਿਹੜੀ ਠੰਡ ਪੈ ਰਹੀ ਹੈ, ਇਹ ਕਾਫੀ ਮਤਲਬ ਲੇਟ ਆਈ ਹੈ ਜਾਂ ਵਿੱਚ ਕੋਈ ਹੈ? ਜੇ ਅਸੀਂ ਪਿਛਲੇ ਸਾਲਾਂ ਦਾ ਮਿਨੀਮਮ ਟੈਂਪਰੇਚਰ ਦੇਖੀਏ ਜੀ, ਜਿਵੇਂ ਅੱਜ ਅਸੀਂ 8.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ,
ਲਾਸਟ ਈਅਰ ਇਸ ਦਿਨ 6.4 ਡਿਗਰੀ ਸੈਂਟੀਗ੍ਰੇਡ ਸੀ। ਜੇ ਅਸੀਂ ਸਪੈਸ਼ਲੀ ਅੱਜ ਦੇ ਦਿਨ ਦਾ ਹੀ ਮਿਨੀਮਮ ਟੈਂਪਰੇਚਰ ਦੇਖੀਏ ਤਾਂ ਪਿਛਲੇ 10 ਸਾਲਾਂ ਦੇ ਵਿੱਚ ਇਹ ਹਾਈਐਸਟ ਟੈਂਪਰੇਚਰ 8.6 ਡਿਗਰੀ ਅੱਜ ਦਾ ਹੈ, ਜਦੋਂ ਕਿ ਪਿਛਲੇ ਸਾਲਾਂ ਦੇ ਵਿੱਚ 8 ਤੋਂ ਉੱਪਰ ਟੈਂਪਰੇਚਰ ਨਹੀਂ ਹੋਇਆ। ਇਹਦੇ ਤੋਂ ਪਹਿਲਾਂ 7.8 ਡਿਗਰੀ ਸੈਂਟੀਗ੍ਰੇਡ 2012 ਦੇ ਵਿੱਚ ਹੋਇਆ ਸੀਗਾ, ਉਹਦੇ ਤੋਂ ਬਾਅਦ 8.6 ਡਿਗਰੀ ਸੈਂਟੀਗ੍ਰੇਡ। ਜਿਵੇਂ ਅਸੀਂ ਕਹਿ ਸਕਦੇ ਹਾਂ ਕਿ ਪਿਛਲੇ ਇੱਕ ਦਹਾਕੇ ਦੇ ਵਿੱਚ ਜਿਹੜਾ ਅੱਜ 26 ਡਿਸੰਬਰ ਦਾ ਮਿਨੀਮਮ ਟੈਂਪਰੇਚਰ ਇਹ ਹਾਈਐਸਟ